ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਡਾਕਟਰ ਵਿਸ਼ੇਸ਼ ਜੀ। ਕਿਸਾਨ ਵੱਲੋਂ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਆਪਣੇ ਸਮੇਂ ਸਮਾਂ ਕੱਢਦੇ ਹੋ ਤੇ ਆਪਾਂ ਵਿਚਾਰ ਚਰਚਾਵਾਂ ਕਰਦੇ ਹਾਂ ਕਿ ਆਪਾਂ ਇਸ ਖਿੱਤੇ ਨੂੰ ਰਹਿਣ ਵਾਸਤੇ ਦੁਨੀਆ ਦਾ ਬਿਹਤਰੀਨ ਖਿੱਤਾ ਕਿੱਦਾਂ ਬਣਾਉਣਾ, ਸਾਡੇ ਜਿਹੜੀ ਹੈਗੀ ਹੈ ਕੁਦਰਤੀ ਸਾਧਨ ਆ ਉਹਨਾਂ ਦੀ ਆਪਾਂ ਸੰਕੋਚਵੀ ਵਰਤੋਂ ਕਿੱਦਾਂ ਕਰਨੀ ਆ, ਸਾਡਾ ਜਿਹੜਾ ਖਾਣਾ ਉਹਨੂੰ ਆਪਾਂ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਕਿੱਦਾਂ ਕਰਨਾ, ਤੇ ਜਿਹੜੇ ਆਪਣੇ ਖੇਤੀ ਖਰਚੇ ਆ ਕੋਸਟ ਆਫ ਪ੍ਰੋਡਕਸ਼ਨ ਆ ਉਹਨੂੰ ਆਪਾਂ ਕਿੱਦਾਂ ਘਟਾਉਣਾ, ਇਹਨਾਂ ਸਾਰੇ ਮੁੱਦਿਆਂ ਤੇ ਆਪਾਂ ਵਿਚਾਰ ਚਰਚਾਵਾਂ ਕਰਦੇ ਹਾਂ। ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੇਕਰ ਆਪਾਂ ਕਿਸਾਨੀ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨਾ ਤੇ ਜਿਹੜਾ ਆਪਣਾ ਸਮਾਜ ਆ ਉਹਨੂੰ ਆਪਾਂ ਸਿਹਤਯਾਬ ਕਰਨਾ, ਤਾਂ ਆਪਾਂ ਨੂੰ ਖੇਤੀ ਦੇ ਕੁਦਰਤੀਕਰਨ ਅਤੇ ਜੰਗਲ ਦੇ ਸਿਧਾਂਤ ਦੇ ਉੱਤੇ ਕੰਮ ਕਰਨਾ ਪਊਗਾ, ਕਹਿਣ ਦਾ ਮਤਲਬ ਇਹਨੂੰ ਲਾਗੂ ਕਰਨਾ ਪਊਗਾ, ਫਿਰ ਜਿਹੜੇ ਇਹ ਮਸਲੇ ਆ ਆਪਣੇ ਸਮਾਜ ਦੇ ਇਹ ਸਾਰੇ ਹੱਲ ਹੋਣਗੇ, ਅਤੇ ਜਿਹੜਾ ਜੀਵਨ ਦੀ ਹੋਂਦ ਦੇ ਉੱਤੇ ਮੰਡਰਾ ਰਹੇ ਖਤਰੇ ਨੇ ਉਹਨਾਂ ਨੂੰ ਵੀ ਠੱਲ ਪਊਗੀ। ਜੀਵਨ ਦੀ ਹੋਂਦ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਖਤਰੇ ਜਿਹੜੇ ਆ ਉਹ ਮੰਡਰਾ ਰਹੇ ਆ, ਉਹਦੇ ਵਿੱਚ ਜਿਹੜਾ ਹੈਗਾ ਆਰਥਿਕ ਸੰਕਟ ਵੀ ਹੈਗਾ, ਇਹਦੇ ਵਿੱਚ ਵਾਤਾਵਰਨ ਦਾ ਸੰਕਟ ਵੀ ਹੈ, ਇਹਦੇ ਵਿੱਚ ਖੁਰਾਕੀ ਸੰਕਟ ਵੀ ਹੈਗਾ, ਨਿਊਟ੍ਰੀਸ਼ਨ ਕ੍ਰਾਈਸਿਸ। ਇਹ ਜਿਹੜੇ ਸੰਕਟ ਆ ਇਹਨਾਂ ਨੂੰ ਹੱਲ ਕਰਨ ਦਾ ਇੱਕੋ ਇੱਕ ਗੁਰਮੰਤਰ ਹੈ, ਉਹ ਹੈ ਖੇਤੀ ਦਾ ਕੁਦਰਤੀਕਰਨ, ਅਤੇ ਜਿਹੜੀ ਆਰਥਿਕਤਾ ਕਿਸਾਨੀ ਦੀ ਮਜ਼ਬੂਤ ਕਰਨ ਦਾ ਜਿਹੜਾ ਗੁਰਮੰਤਰ ਆ ਉਹ ਹੈਗਾ ਜੰਗਲ ਦਾ ਸਿਧਾਂਤ। ਇਹ ਜੰਗਲ ਦਾ ਸਿਧਾਂਤ ਆਪਾਂ ਲਾਗੂ ਕਰਾਂਗੇ ਅਤੇ ਨਾਲੇ ਨਾਲ ਜਿਹੜੀ ਆਪਣੀ ਜਿਹੜੀ ਸਮਾਜ ਦੀ ਸਿਹਤ ਉਹਨੂੰ ਆਪਾਂ ਕਿੱਦਾਂ ਠੀਕ ਕਰਨਾ, ਉਹਦੇ ਉਹਨੂੰ ਸਾਰੇ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਜਿਹੜਾ ਖੇਤੀ ਦਾ ਕੁਦਰਤੀ ਕਰਨ ਉਹ ਕਰਨਾ ਪਊਗਾ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹ। ਕੁਦਰਤੀ ਕਰਨ ਤੋਂ ਕੀ ਭਾਵ ਆ, ਕੁਦਰਤੀ ਕਰਨ ਇੱਕ ਇਹੋ ਜਿਹਾ ਢੰਗ ਤਰੀਕਾ ਖੇਤੀ ਕਰਨ ਦਾ ਜਿਹੜਾ ਕਿ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਕਾਸ਼ਤਕਾਰੀ ਨੂੰ ਹੱਲਾਸ਼ੇਰੀ ਦਿੰਦਾ ਹੈਗਾ। ਜਿਹੜੀ ਕਾਸ਼ਤਕਾਰੀ ਆ ਉਹ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਹੋਊਗੀ, ਫਿਰ ਹੀ ਜਿਹੜਾ ਹੈਗਾ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਜਿਹੜਾ ਖਾਣਾ ਤਿਆਰ ਹੋਊਗਾ, ਕਿਉਂਕਿ ਜਿਹੜੀ ਕੁਦਰਤ ਆ ਉਹ ਜੀਵਨ ਨੂੰ ਬਣਾਉਂਦੀ ਕਿੱਦਾਂ ਅਤੇ ਜੀਵਨ ਨੂੰ ਚਲਾਉਂਦੀ ਕਿੱਦਾਂ, ਇਸ ਗੱਲ ਨੂੰ ਵੀ ਆਪਾਂ ਨੂੰ ਸਮਝਣਾ ਪਊਗਾ। ਸਮਝ ਕੇ ਤਾਂ ਫਿਰ ਆਪਾਂ ਜਿਹੜੇ ਹੈਗੇ ਆ ਮਸਲੇ ਜਿਹੜੇ ਸਾਨੂੰ ਦਰਪੇਸ਼ ਆ ਇਸ ਵਕਤ, ਜਿਹੜੇ ਕਿ ਜਿਹੜਾ ਖੇਤੀ ਦਾ ਵਿਕਾਸ ਮਾਡਲ ਜੋ ਸਾਡੇ 'ਤੇ ਥੋਪਿਆ ਗਿਆ, ਜਿਹੜਾ ਮੌਜੂਦਾ ਵਿਕਾਸ ਮਾਡਲ ਆ ਉਹਦੀ ਸਾਰੇ ਉਹਦੀ ਇਹ ਦੇਣ ਆ ਸਾਰੇ ਕਿੰਨੇ ਮਸਲੇ ਨੇ। ਜਿਸ ਤਰ੍ਹਾਂ ਜੇ ਆਰਥਿਕ ਸੰਕਟ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ ਗਈ ਹੈ, ਇੰਨੀ ਜ਼ਿਆਦਾ ਵੱਧ ਗਈ ਹੈ ਕਿ ਜਿਹੜਾ ਹੈਗਾ ਪ੍ਰੋਡਿਊਸ ਆ ਉਹ ਘੱਟ ਰੇਟ 'ਤੇ ਵਿਕਦਾ, ਅਤੇ ਜਿਹੜੇ ਸਾਡੇ ਖਰਚੇ ਉਹਦੇ ਵਿੱਚ ਕਈ ਵਾਰ ਵੱਧ ਜਾਂਦੇ ਆ, ਕਈ ਵਾਰੀ ਬਿਮਾਰੀਆਂ ਵਗੈਰਾ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਫਸਲਾਂ ਲਈ ਫਸਲਾਂ ਨੂੰ, ਕਈ ਵਾਰੀ ਮੌਸਮ ਦੇ ਵਿੱਚ ਤਬਦੀਲੀ ਇੱਦਾਂ ਦੀ ਆਉਂਦੀ ਆ ਕਿ ਜਿਹੜੀ ਸਾਡੇ ਪ੍ਰੋਡਕਸ਼ਨ ਦੇ ਉੱਤੇ ਬਹੁਤ ਬੁਰਾ ਅਸਰ ਪਾਉਂਦੀ ਆ। ਇਹ ਇਹਨੂੰ ਕੰਟਰੋਲ ਕਰਨ ਵਾਸਤੇ ਇਹੀ ਜ਼ਰੂਰੀ ਹੈਗਾ ਕਿ ਆਪਾਂ ਜੁਡੀਸ਼ੀਅਸ ਮੈਨੇਜਮੈਂਟ ਕਰੀਏ ਜਿਹੜੇ ਜੀਵਨ ਦੇ ਪੰਜ ਤੱਤ ਨੇ ਉਹਨਾਂ ਦੀ। ਜਿਸ ਵਕਤ ਆਪਾਂ ਨੂੰ ਇਹ ਸਾਰੀ ਸੋਝੀ ਆ ਗਈ ਵੀ ਆਪਾਂ ਜੁਡੀਸ਼ੀਅਸ ਮੈਨੇਜਮੈਂਟ ਕਿੱਦਾਂ ਕਰਨੀ ਹੈਗੀ ਆ, ਕਾਰਗਰ ਪ੍ਰਬੰਧ ਕਿੱਦਾਂ ਕਰਨਾ ਜਿਹੜੇ ਜੀਵਨ ਦੇ ਪੰਜ ਤੱਤ ਆ, ਜਿਹੜਾ ਔਰਗੈਨਿਕ ਮੈਟਰ ਆ ਉਹ ਆਪਾਂ ਆਪਣੇ ਖੇਤ ਦੇ ਵਿੱਚ ਉਹਦਾ ਵਾਧਾ ਕਿੱਦਾਂ ਕਰਨਾ, ਜਿਸ ਵੇਲੇ ਆਪਾਂ ਨੂੰ ਇਹ ਸਾਰੀ ਸੋਝੀ ਆ ਗਈ ਤਾਂ ਫਿਰ ਜਿਹੜੀਆਂ ਬਿਮਾਰੀਆਂ ਫਸਲਾਂ ਨੂੰ ਆਉਣੀਆਂ ਹੈਗੀਆਂ ਉਹ ਵੀ ਬਹੁਤ ਜ਼ਿਆਦਾ ਘੱਟ ਜਾਣਗੀਆਂ, ਅਤੇ ਜਿਹੜੇ ਸਾਡੇ ਕੁਦਰਤੀ ਸਾਧਨ ਆ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ 'ਤੇ ਬਚਾਅ ਹੋਊਗਾ, ਅਤੇ ਜਿਹੜਾ ਸਾਡਾ ਖਾਣਾ ਆ ਉਹ ਜ਼ਹਿਰ ਮੁਕਤ ਵੀ ਹੋ ਜਾਊਗਾ, ਅਤੇ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ ਉਹ ਵੀ ਬਹੁਤ ਜ਼ਿਆਦਾ ਘੱਟ ਜਾਊਗੀ, ਕਿਉਂਕਿ ਆਪਾਂ ਨੂੰ ਬਾਜ਼ਾਰ ਤੋਂ ਕੁਛ ਲੈਣ ਦੀ ਜ਼ਰੂਰਤ ਨਹੀਂ ਪਊਗੀ। ਜਿਸ ਤਰ੍ਹਾਂ ਆਪਾਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹੈਗੇ ਹਾਂ, ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਇੱਦਾਂ ਦੇ ਕੈਮੀਕਲ ਆ ਗਏ ਆ ਮਾਰਕੀਟ ਦੇ ਵਿੱਚ, ਕੋਈ ਸਾਨੂੰ ਆ ਕੇ ਇਹ ਸਲਾਹ ਦੇ ਦਿੰਦਾ ਵੀ ਤੁਸੀਂ ਆਹ ਸਪਰੇਅ ਕਰੋਗੇ ਤਾਂ ਤੁਹਾਡਾ ਜਿਹੜੀ ਹੈਗੀ ਆ ਪ੍ਰੋਡਕਸ਼ਨ ਵੱਧ ਜਾਊਗੀ, ਇਹਦੇ 'ਚ ਫਲ ਜ਼ਿਆਦਾ ਲੱਗੂਗਾ, ਇਹਦੇ ਵਿੱਚ ਚਮਕ ਆ ਜਾਊਗੀ, ਇਹਦੇ ਵਿੱਚ ਆਹ ਹੋ ਜਾਊਗਾ, ਇਹਦੇ ਵਿੱਚ ਉਹ ਹੋ ਜਾਊਗਾ, ਬੜਾ ਕੁਛ ਕਿਹਾ ਜਾਂਦਾ। ਅਤੇ ਜਿਹੜੇ ਕਿਸਾਨ ਵੀਰ ਆ ਵਿਚਾਲੇ ਜਿਸ ਤਰ੍ਹਾਂ ਡਾਕਟਰ ਸਾਹਿਬ ਗੱਲ ਕਰਦੇ ਹੁੰਦੇ ਨੇ ਕਿ ਕਿਸਾਨ ਬਹੁਤ ਭੂਲਾ ਆ, ਅਤੇ ਉਹ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਅਤੇ ਉਹ ਹੀ ਕੁਝ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਜਿਹੜੀ ਮੇਨ ਕਾਰਨ ਆ ਬਿਮਾਰੀਆਂ ਦਾ ਜਾਂ ਜਿਹੜੀ ਸਾਡੀ ਜਿਹੜੀ ਪ੍ਰੋਡਕਸ਼ਨ ਘੱਟਦੀ ਆ ਉਹਦਾ,
ਉਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ ਹੈ, ਜਿਹੜਾ ਮੇਨ ਕਾਜ਼ ਹੈ, ਮੇਨ ਰੂਟ ਕਾਜ਼ ਹੈ ਜਿਹੜਾ। ਜਿਸ ਤਰ੍ਹਾਂ ਪਾਣੀ ਦੀ ਬਹੁਤਾਤ ਆ, ਜਿਸ ਵੇਲੇ ਆਪਾਂ ਤਾਂ ਪਾਣੀ ਦੀ ਬਹੁਤ ਵੱਡੇ ਫਲਟੀਗੇਸ਼ਨ ਦੇ ਨਾਲ ਵੱਡੇ ਪੱਧਰ 'ਤੇ ਵਰਤੋਂ ਕਰਾਂਗੇ ਤਾਂ ਸਾਨੂੰ ਜਿਹੜੀਆਂ ਖਾਦਾਂ ਆ ਉਹ ਲਾਜ਼ਮੀ ਪਾਣੀਆਂ ਪੈਣਗੀਆਂ। ਅਸੀਂ ਇੱਕ ਨਾਰਾ ਦਿੱਤਾ ਜਿਹਦੇ ਵਿੱਚ ਕਿਹਾ ਹੈ ਕਿ ਪਾਣੀ ਤੋਂ ਬਚੋ, ਰਸਾਇਣਿਕ ਖਾਦਾਂ ਤੋਂ ਆਪੇ ਬਚ ਜਾਓਗੇ। ਕਿਉਂਕਿ ਜਿਸ ਵਕਤ ਆਪਾਂ ਦੇਖਦੇ ਹਾਂ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਜੀਵਨ ਦੋ ਹਿੱਸਿਆਂ 'ਚ ਵੰਡ ਹੋਇਆ, ਇੱਕ ਬਨਸਪਤੀ ਜਗਤ, ਦੂਜਾ ਪਸ਼ੂ ਜਗਤ। ਪਸ਼ੂ ਜਗਤ ਨੂੰ ਕ੍ਰੀਏਟਰ ਨੇ ਜਾਂ ਪਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਦਿੱਤੀ, ਮੋਬਿਲਿਟੀ ਦਿੱਤੀ, ਅਤੇ ਜਿਹੜਾ ਹੈਗਾ ਬਨਸਪਤੀ ਜਗਤ ਨੂੰ ਇੱਕ ਜਗ੍ਹਾ ਖੜ੍ਹਾ ਕੀਤਾ। ਬਨਸਪਤੀ ਜਗਤ ਨੂੰ ਇੱਕ ਜਗ੍ਹਾ ਖੜ੍ਹਾ ਕਿਉਂ ਕੀਤਾ ਅਤੇ ਪਸ਼ੂ ਜਗਤ ਨੂੰ ਮੋਬਿਲਿਟੀ ਕਿਉਂ ਦਿੱਤੀ? ਜਿਸ ਵਕਤ ਆਪਾਂ ਨੂੰ ਇਹ ਸੋਝੀ ਹੈਗੀ ਫਿਰ ਵੀ ਆਪਣੇ ਬਹੁਤ ਸਾਰੇ ਮਸਲੇ ਹੱਲ ਹੋਣਗੇ। ਜਿਹੜਾ ਪਸ਼ੂ ਜਗਤ ਹੈ ਉਹਨੂੰ ਕ੍ਰੀਏਟਰ ਨੇ ਜਾਂ ਪਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਇਸ ਕਰਕੇ ਦਿੱਤੀ ਹੈ, ਉਹਨੂੰ ਮੋਬਿਲਿਟੀ ਇਸ ਕਰਕੇ ਦਿੱਤੀ ਹੈ ਕਿਉਂਕਿ ਉਹਨੂੰ ਜ਼ਰੂਰਤ ਆ ਪਾਣੀ ਦੀ। ਜਿੱਥੇ ਪਾਣੀ ਦਾ ਸੋਮਾ ਹੋਊਗਾ, ਛੱਪੜ, ਦਰਿਆ, ਨਦੀ, ਝੀਲ, ਉੱਥੇ ਜਾ ਕੇ ਉਹ ਆਪਣੀ ਲੋੜ ਪੂਰੀ ਕਰੂਗਾ। ਕੋਈ ਉੜ ਕੇ ਚਲ ਜਾਂਦਾ, ਕੋਈ ਤੁਰ ਕੇ ਚਲ ਜਾਂਦਾ। ਜਿਹੜਾ ਬਨਸਪਤੀ ਜਗਤ ਹੈ ਇੱਕ ਜਗ੍ਹਾ ਖੜ੍ਹਾ, ਇੱਕ ਜਗ੍ਹਾ ਖੜ੍ਹਾ ਕਿਉਂ ਕੀਤਾ? ਕਿਉਂਕਿ ਉਹਨੂੰ ਪਾਣੀ ਦੀ ਲੋੜ ਹੀ ਨਹੀਂ। ਕਾਹਦੀ ਲੋੜ ਆ? ਨਮੀ ਦੀ, ਸਲਾਬੇ ਦੀ, ਮੋਇਸਚਰ ਦੀ। ਅਤੇ ਜਿਸ ਵਕਤ ਆਪਾਂ ਇਹ ਜਿਹੜੀ ਹੈਗੀ ਆ ਮੋਇਸਚਰ ਜਾਂ ਸਲਾਬਾ ਨੂੰ ਪ੍ਰਦਾਨ ਕਰਾਂਗੇ ਆਪਣੀ ਫਸਲ ਨੂੰ, ਕੋਈ ਇੱਦਾਂ ਦੇ ਢੰਗ ਤਰੀਕੇ ਅਪਣਾਵਾਂਗੇ ਪਾਣੀ ਲਾਉਣ ਦੇ, ਉਹਦੇ ਨਾਲ ਫਿਰ ਕੀ ਹੋਊਗਾ? ਜਿਹੜੀਆਂ ਬਿਮਾਰੀਆਂ ਵਗੈਰਾ ਆਉਂਦੀਆਂ, ਜਿਸ ਤਰ੍ਹਾਂ ਫੰਗਸ ਵਗੈਰਾ ਲੱਗਦੀ ਹੈਗੀ ਆ ਜਾਂ ਬਲਾਈਟ ਵਗੈਰਾ ਆਉਂਦੀ ਹੈਗੀ, ਬਲਾਈਟ ਫੰਗਸ ਦੇ ਨਾਲ ਆਉਂਦੀ ਹੈ, ਅਤੇ ਉਹ ਜਿਹੜੀਆਂ ਬਿਮਾਰੀਆਂ ਉਹ ਨਹੀਂ ਲੱਗਣਗੀਆਂ ਕਿਉਂਕਿ ਜਿਹੜਾ ਹੈਗਾ ਪਾਣੀ ਦੀ ਬਹੁਤਾਤ ਨਹੀਂ ਹੋਣੀ। ਸਲਾਬਾ ਮੋਇਸਚਰ ਜਿਹੜਾ ਸਲਾਬਾ ਬਹੁਤ ਜ਼ਿਆਦਾ ਨਹੀਂ ਹੋਣਾ, ਬਹੁਤ ਘੱਟ ਹੋਊਗਾ, ਅਤੇ ਉਹਦੇ ਨਾਲ ਜਿਹੜੀਆਂ ਹੈਗੀਆਂ ਬਿਮਾਰੀਆਂ, ਜਿਹੜੇ ਫੰਗਸ ਆ ਉਹ ਗਰੋਥ ਨਹੀਂ ਕਰੂਗੀ, ਉਹਦੇ ਲਈ ਉੱਦਾਂ ਦਾ ਮਾਹੌਲ ਨਹੀਂ ਕ੍ਰੀਏਟ ਹੋਊਗਾ। ਉਸ ਕਦੋਂ ਮਾਹੌਲ ਕ੍ਰੀਏਟ ਹੁੰਦਾ ਹੋਊਗਾ? ਜਿਸ ਵਕਤ ਵਾਤਾਵਰਨ ਦੇ ਵਿੱਚ ਮੋਇਸਚਰ ਜ਼ਿਆਦਾ ਹੋਊਗੀ, ਜਿੱਦਾਂ ਮੀਂਹ ਵਗੈਰਾ ਪੈ ਗਿਆ, ਤਾਂ ਉਸ ਵੇਲੇ ਤਾਂ ਚਲੋ ਤਾਂ ਇਹ ਕੁਦਰਤੀ ਵਰਤਾਰਾ, ਉਸ ਵਕਤ ਆਪਾਂ ਥੋੜ੍ਹਾ ਧਿਆਨ ਰੱਖੀਏ। ਪਰ ਜਿਸ ਖੇਤ ਦੇ ਵਿੱਚ ਆਪਾਂ ਪਾਣੀ ਪਹਿਲਾਂ ਤੋਂ ਹੀ ਘੱਟ ਲਾਇਆ ਹੋਊਗਾ ਤਾਂ ਉਹਦੇ ਵਿੱਚ ਵੀ ਉਹਨੂੰ ਜਜ਼ਬ ਪਾਣੀ ਨੂੰ, ਮੀਂਹ ਦੇ ਪਾਣੀ ਨੂੰ ਜਜ਼ਬ ਕਰਨ ਦੀ ਜਿਹੜੀ ਸਮਰੱਥਾ ਉਹ ਵੀ ਕਾਫੀ ਹੋਊਗੀ। ਇਸ ਤਰ੍ਹਾਂ ਆਪਾਂ ਇਹ ਜਿਹੜਾ ਸਾਰਾ ਵਰਤਾਰਾ ਆ ਕੁਦਰਤ ਦਾ, ਕੁਦਰਤੀ ਵਰਤਾਰਾ, ਉਹਨੂੰ ਜਿਸ ਵੇਲੇ ਆਪਾਂ ਸਮਝ ਕੇ ਉਹਨੂੰ ਆਪਣੇ ਖੇਤ ਦੇ ਵਿੱਚ ਲਾਗੂ ਕਰਾਂਗੇ, ਆਪਣੀ ਕਾਸ਼ਤਕਾਰੀ ਦੇ ਵਿੱਚ ਲੈ ਕੇ ਆਵਾਂਗੇ, ਜਿਹਨੂੰ ਕਿ ਕੁਦਰਤੀ ਕਰਨ ਦਾ ਨਾਂ ਦਿੱਤਾ ਗਿਆ, ਉਹ ਖੇਤੀ ਦੇ ਕੁਦਰਤੀ ਕਰਨ ਦਾ, ਉਹਦੇ ਨਾਲ ਫਿਰ ਕੀ ਹੋਊਗਾ ਵੀ ਜਿਹੜੀਆਂ ਇਹ ਬਿਮਾਰੀਆਂ ਜਾਂ ਇਹ ਫੰਗਸ ਰਾਹੀਆਂ ਨਹੀਂ ਹੈਗੀਆਂ ਜਾਂ ਜਿਹੜੇ ਇਨਸੈਕਟ ਵਗੈਰਾ ਹੈਗੇ ਆ ਉਹਨਾਂ ਦੀ ਤਾਦਾਦ ਦੇ ਵਿੱਚ ਬਹੁਤ ਜਾਣੀ ਕਿ ਨਾ ਕਮੀ ਆ ਜਾਊਗੀ। ਕਿਉਂਕਿ ਜਿਹੜਾ ਹੈਗੇ ਆ ਇਸ ਵਕਤ ਆਪਾਂ ਦੇਖਦੇ ਹਾਂ ਜਿਹੜਾ ਮੌਜੂਦਾ ਦੌਰ ਚੱਲ ਰਿਹਾ ਜਾਂ ਸਮਾਂ ਹੈ, ਵਿਕਾਸ ਮਾਡਲ ਹੀ ਸਾਡਾ ਇਸ ਤਰ੍ਹਾਂ ਦਾ ਹੈਗਾ ਕਿ ਉਹਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ, ਅਤੇ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਤਾਂ ਜਿਹੜੀ ਵਾਟਰ ਰਿਕੁਆਇਰਮੈਂਟ ਹੈਗੀ ਆ ਇਨਸੈਕਟ ਦੀ ਉਹਦੀ ਉਹ ਪੂਰੀ ਹੋਈ ਜਾਂਦੀ ਹੈ। ਅਤੇ ਆਪਾਂ ਨੂੰ ਕਰਨਾ ਕੀ ਪਊਗਾ ਵੀ ਜਿਸ ਵਕਤ ਜਿਹੜਾ ਮੌਸਮ ਹੈ ਨਾ ਉਹ ਜਿਹੜੇ ਇਨਸੈਕਟ ਦੇ ਵਾਧੇ ਵਾਸਤੇ ਜਾਂ ਬਿਮਾਰੀਆਂ ਦੇ ਵਾਧੇ ਲਈ ਅਨੁਕੂਲ ਨਹੀਂ ਹੁੰਦਾ ਹੈਗਾ, ਉਹਨੂੰ ਫਿਰ ਆਪਾਂ ਇਸ ਆਪਣੇ ਆਰਟੀਫਿਸ਼ਲੀ ਤੌਰ 'ਤੇ ਆਪਾਂ ਇੱਦਾਂ ਦਾ ਜਿਹੜਾ ਹੈਗਾ ਐਟਮੋਸਫੀਅਰ ਕ੍ਰੀਏਟ ਨਾ ਕਰੀਏ ਜਿਹੜੀ ਆ ਜਿਹੜਾ ਕਿ ਬਿਮਾਰੀਆਂ ਦੇ ਵਿੱਚ ਵਾਧਾ ਕਰਦਾ ਹੋਵੇ ਅਤੇ ਜਿਹੜੇ ਇਨਸੈਕਟ ਆ ਉਹਦੀ ਵਾਟਰ ਰਿਕੁਆਇਰਮੈਂਟ ਪੂਰੀ ਕਰਦਾ ਹੋਵੇ। ਜਿਸ ਵਕਤ ਆਪਾਂ ਇਹ ਸਾਰੇ ਕੰਮ ਕਰ ਲਵਾਂਗੇ ਤਾਂ ਫਿਰ ਜਿਹੜੇ ਸਾਡੇ ਖਰਚੇ ਬਹੁਤ ਜ਼ਿਆਦਾ ਘਟਣਗੇ, ਜਿਹੜਾ ਸਾਡੀ ਪ੍ਰੋਡਕਸ਼ਨ ਆ ਉਹ ਵੀ ਵੱਧ ਜਾਊਗੀ। ਆਪਾਂ ਨੂੰ ਲੋੜ ਹੈਗੀ ਆ ਕਿ ਆਪਾਂ ਇਸ ਗੱਲ ਨੂੰ ਸਮਝੀਏ ਕਿ ਜੀਵਨ ਜਿਹੜਾ ਹੈਗਾ ਹੋਂਦ ਵਿੱਚ ਕਿੱਦਾਂ ਆਉਂਦਾ ਅਤੇ ਜਿਹੜਾ ਹੈਗਾ ਜੀਵਨ ਅੱਗੇ ਚੱਲਦਾ ਕਿੱਦਾਂ, ਜਨਮ ਤੋਂ ਲੈ ਕੇ ਹੋਂਦ ਵਿੱਚ ਆਉਣ ਤੋਂ ਬਾਅਦ ਅਪ ਟੂ ਜਿਹੜਾ ਹੈਗਾ ਕਾਲ ਜਿਸ ਵੇਲੇ ਪੂਰਾ ਹੁੰਦਾ, ਜਾਣੀ ਕਿ ਜਿਸ ਵੇਲੇ ਖਾਤਮਾ ਹੁੰਦਾ ਉਸ ਜੀਵਨ ਦਾ, ਕਿਉਂਕਿ ਜੋ ਉਪਜੀ ਉਸ ਬਿਨਸ ਹੈ। ਜਿਹੜਾ ਹੈਗਾ ਗੁਰਬਾਣੀ ਵੀ ਆਪਾਂ ਨੂੰ ਇਹ ਦੱਸਦੀ ਹੈ ਕਿ ਜਿਹੜੀ ਜਿਹੜਾ ਉਪਜਦਾ ਉਹਦਾ ਜਿਹੜਾ ਅੰਤ ਹੋਣਾ ਵੀ ਲਾਜ਼ਮੀ ਹੈ, ਉਹਦਾ ਅੰਤ ਹੁੰਦਾ ਹੀ ਹੁੰਦਾ। ਅਤੇ ਇਹ ਜਿਹੜਾ ਇਹ ਸਾਰਾ ਜਿਹੜਾ ਵਰਤਾਰਾ ਇਹਨੂੰ ਜਿਸ ਵੇਲੇ ਆਪਾਂ ਸਮਝਵਾਂਗੇ ਅਤੇ ਇਹਨੂੰ ਆਪਣੀ ਕਾਸ਼ਤਕਾਰੀ ਦੇ ਵਿੱਚ ਆਪਾਂ ਢਾਲ ਲਵਾਂਗੇ, ਜੁਡੀਸ਼ੀਅਸ ਮੈਨੇਜਮੈਂਟ ਕਰਾਂਗੇ ਜੀਵਨ ਦੇ ਪੰਜਾਂ ਤੱਤਾਂ ਦੀ, ਅਤੇ ਉਸ ਵਕਤ ਆਪਾਂ ਇਸ ਗੱਲ 'ਤੇ ਪੂਰੇ ਉਤਰਾਂਗੇ ਕਿ ਆਪਾਂ ਜਿਹੜਾ ਖੇਤੀ ਦਾ ਕੁਦਰਤੀਕਰਨ ਕਰ ਰਹੇ ਹਾਂ ਅਤੇ ਆਪਾਂ ਜਿਹੜਾ ਹੈਗਾ ਕੋਸਟ ਆਫ ਪ੍ਰੋਡਕਸ਼ਨ ਵੀ ਘੱਟ ਗਈ, ਆਪਣਾ ਜਿਹੜਾ ਹੈਗਾ ਖਾਣਾ ਹੈ ਉਹ ਵੀ ਜ਼ਹਿਰ ਮੁਕਤ ਹੋ ਗਿਆ,
ਤੇ ਜਿਹੜੇ ਹੈਗੇ ਕੁਦਰਤੀ ਸਾਧਨ ਆ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਬਚਾਅ, ਤੇ ਬਾਕੀ ਜਿਹੜਾ ਐਗਰੀ ਵੇਸਟ ਪੋਲਿਊਸ਼ਨ ਆ ਉਹਦੇ ਵਿੱਚ ਵੀ ਕੰਟਰੋਲ ਹੋਜੂਗਾ ਕਾਫੀ, ਐਗਰੀ ਵੇਸਟ ਪੋਲਿਊਸ਼ਨ ਵੀ ਖਤਮ ਹੋਊਗਾ। ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਜਿਹੜਾ ਹੈਗਾ ਆਪਣਾ ਇੱਕ ਇਹ ਬਿਹਤਰ ਸਮਾਜ ਵੀ ਸਿਰਜ ਸਕਦੇ ਹਾਂ, ਜਿਹੜੀ ਜਿਹੜਾ ਕਿ ਸਿਹਤ ਯਾਬ ਹੋਊਗਾ, ਤੇ ਜਿਹੜਾ ਆਪਣਾ ਕਿੱਤਾ ਆ ਇਹ ਹਰ ਪੱਖ ਤੋਂ ਅਗਾਂਹ ਵਧੇਗਾ, ਅੱਗੇ ਜਾਏਗਾ। ਤੇ ਇਹਦੇ ਵਿੱਚ ਆਪਾਂ ਨੂੰ ਇਹ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈਗੀ ਆ ਕਿ ਆਪਾਂ ਜੁਡੀਸ਼ੀਅਸ ਮੈਨੇਜਮੈਂਟ ਕਰਨੀ ਸਿੱਖੀਏ। ਤੇ ਬਹੁਤ ਵਧੀਆ ਜਿਹੜੇ ਹੈਗੇ ਆ ਖਬਰਾਂ ਵੀ ਮਿਲ ਰਹੀਆਂ, ਜਿਸ ਤਰ੍ਹਾਂ ਕੁਲਦੀਪ ਸਿੰਘ ਹੋਣਾ ਨੇ ਗੱਲ ਕੀਤੀ ਹੈਗੀ ਆ ਕਿ ਕੱਲ੍ਹ ਨੂੰ ਵੀਡੀਓ ਅਪਲੋਡ ਹੋਊਗੀ, ਉਹਦੇ ਵਿੱਚ ਜਿਹੜਾ ਹੂ ਬਹੂ ਜੋ ਖੇਤੀ ਦਾ ਕੁਦਰਤੀ ਕਾਰਨ ਆ ਔਰ ਜੰਗਲ ਦਾ ਸਿਧਾਂਤ ਆ ਉਹ ਲਾਗੂ ਕਰ ਕੀਤਾ ਗਿਆ। ਇਸ ਤਰ੍ਹਾਂ ਯਾਨੀ ਕਿ ਆਸ ਹੈਗੀ ਆ ਵੀ ਜਿਹੜੇ ਕਿਸਾਨ ਵੀਰ ਆ ਉਹ ਸਾਰੇ ਜਿਹੜੇ ਇਸ ਪਾਸੇ ਨੂੰ ਮੋੜਾ ਕੱਟਣਗੇ। ਜਦੋਂ ਇਸ ਪਾਸੇ ਨੂੰ ਮੋੜਾ ਕੱਟ ਹੋ ਗਿਆ ਤਾਂ ਫਿਰ ਇਹ ਜਿਹੜਾ ਸਾਡਾ ਰੀਜਨ ਆ, ਜਿਹੜਾ ਸਾਡਾ ਖੇਤਰ ਆ, ਜਿਹੜਾ ਸਾਡਾ ਪੰਜਾਬ ਆ ਜਾਂ ਜਿਹੜਾ ਆਪਣਾ ਦੇਸ਼ ਆ, ਜਦੋਂ ਜਿੱਦਾਂ ਦਾ ਇਹ ਜਿਹੜਾ ਹੈਗਾ ਵਰਤਾਰਾ ਵੱਧਦਾ ਜਾਊਗਾ ਖੇਤੀ ਦੇ ਕੁਦਰਤੀਕਰਨ ਦਾ, ਉਹ ਦੁਨੀਆ ਦਾ ਬਿਹਤਰੀਨ ਖਿੱਤਾ ਬਣੂਗਾ। ਆਓ ਆਪਾਂ ਸਾਰੇ ਰਲ ਕੇ ਇਸ ਪਾਸੇ ਨੂੰ ਹੁੰਬਲਾ ਮਾਰੀਏ। ਤੇ ਹੁਣ ਮੈਂ ਆਪਣੇ ਜਿਹੜੇ ਕਿਸਾਨ ਵੀਰ ਜੁੜੇ ਹੋਏ ਨੇ ਉਹਨਾਂ ਨੂੰ ਇਹੀ ਰਿਕੁਐਸਟ ਬੇਨਤੀ ਕਰੂੰਗਾ ਕਿ ਤੁਹਾਡਾ ਕੋਈ ਸੁਝਾਅ ਹੋਵੇ ਜਾਂ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੋਵੇ ਜਾਂ ਕੋਈ ਤੁਸੀਂ ਜਿਹੜਾ ਆਪਣਾ ਤਜਰਬਾ ਹੈ ਉਹ ਸ਼ੇਅਰ ਕਰਨਾ ਚਾਹੁੰਦੇ ਹੋ ਵਿੱਚ ਵਿੱਚ ਖੋ ਕੇ ਕਰੋ। ਧੰਨਵਾਦ ਜੀ।